नाज़रीन, शो के आगाज में आपको दिखाते हैं गांव की पंचायत का एक मंजर। देखते हैं कि आज यहाँ किस मसले पर गुफ्तगू हो रही है। ताया पौना घंटा हो गया, कदों तक बैठे रहेंगे? बुला राणे नूं। राणा साहब आ जाते ने, एडा तुहानूं कादे तप चढ़े ने। पहले चौरी साहब नूं ते आ लैंदे, राणा साहब आ जाण, राणा साहब आ जाण। एडे वेले नहीं राणा साहब। राणा बड़ा कंप्यूटर ते बैठा जी। ਉਹ ਕਿਹੜਾ ਕੰਪਿਊਟਰ ਲਈ ਫਿਰਨਾ ਏਡਾ ਕੰਪਿਊਟਰ? ਰਾਣਾ ਸਾਹਿਬ ਨੇ ਰੱਬ ਦੀ ਰਹਿਮਤ ਨਾਲ 50-50, 60-60 ਕੰਪਿਊਟਰ ਚੁੱਕ ਕੇ ਤੇ ਪਿਕਅਪ ਤੇ ਲੱਦੇ ਨੇ। ਲਓ, ਮਜ਼ਦੂਰੀ ਕਰਨ 'ਚ ਕੰਪਿਊਟਰ ਮਾਸਟਰ ਬਣ ਗਿਆ। ਓਏ, ਆਹੋ ਤੇ ਇਹੋ ਕੁਝ ਹੀ ਹੁੰਦਾ, ਹੋਰ ਕੀ। ਏਡਾ ਕਿਹੜਾ ਕੰਪਿਊਟਰ ਚੁੱਕ ਕੇ ਉੱਥੋਂ ਉਸ ਮੇਜ਼ ਤੇ ਰੱਖ ਲਿਆ, ਉੱਥੋਂ ਚੁੱਕ ਕੇ ਉੱਧਰ ਕਰ ਲਿਆ। ਹੋਰ ਉਹਦੇ 'ਚ ਕਿਹੜਾ ਏਡਾ ਕੋਈ ਬਲ ਫਰੇਬ ਹੈ ਜਿਹੜਾ ਰਾਣਾ ਸਾਹਿਬ ਨੂੰ ਨਹੀਂ ਆਉਂਦਾ? ਚਲੋ ਬੁਲਾ ਲਓ ਉਸ ਕੰਪਿਊਟਰ ਮਾਸਟਰ ਨੂੰ। ਓਏ ਆ ਜਾਂਦੇ ਨੇ, ਗੱਲ ਫੇਰ ਉਹੀ ਕਰਨ ਡੇ ਆ। ਮੈਨੂੰ ਤਪਾੜਾ ਐਵੇਂ, ਚੌਰੀ ਸਾਹਿਬ ਆਣ ਕੇ ਤੇ ਆ ਜਾਣਗੇ ਰਾਣਾ ਸਾਹਿਬ ਵੀ। ਚੌਰੀ ਸਾਹਿਬ ਨੇ ਨਹੀਂ ਆਉਣਾ, ਉਹ ਤੇ ਕਿੰਨੇ ਦਿਨ ਹੋ ਗਏ ਪਿੰਡ ਦੇ 'ਚ ਵੀ ਨਜ਼ਰ ਨਹੀਂ ਆ ਰਹੇ। ਪਤਾ ਨਹੀਂ ਕਿਸਾਨਾਂ ਦੇ ਇਤਜਾਜ ਦੇ 'ਚ ਫੜੇ ਗਏ ਨੇ ਉਹ। ਤੇ ਫਿਰ ਜੇ ਚੌਰੀ ਸਾਹਿਬ ਨੇ ਨਹੀਂ ਆਉਣਾ ਤੇ ਸਾਨੂੰ ਕਦੇ ਲਈ ਸੱਦ ਲਏ? ਅਜੇ ਆ ਮੰਜੀ 'ਚੋਂ ਖੱਟ ਮਲ ਨਿਕਲੇ ਆ ਤੇ ਸਾਨੂੰ ਸੱਦ ਲਿਆ ਤੁਹਾਂ? ਆਰਾਮ ਨਾਲ ਬਜ਼ੁਰਗੋ, ਮੈਂ ਡਿਊਟੀ ਚੌਧਰੀ ਹਾਂ। ਓ ਲਓ ਜੀ, ਡਿਊਟੀ ਚੌਰੀ ਜੀ, ਇਹ ਸਾਡੇ ਪਿੰਡ ਨੂੰ ਇਹ ਹੀ ਲੈ ਦੇ ਗਏ ਜੇ, ਕਦੀ ਡਿਪਟੀ ਚੌਧਰੀ ਤੇ ਕਦੀ ਨਿਗਰਾਨ ਚੌਧਰੀ ਤੇ ਕਦੀ ਇਲੈਕਟਿਵ ਚੌਧਰੀ ਤੇ ਕਦੀ ਸਿਲੈਕਟਿਵ ਚੌਧਰੀ। ਬਤਾਇਆ ਬਹੁਤੀ ਗੱਲਾਂ ਨਾ ਕਰ ਬਲਾ ਮੁੰਡੇ ਆਪਣੇ ਨੂੰ, ਹਰ ਦੂਜੇ ਦਿਨ ਉਹਦੇ ਮੁਤਲਕ ਸ਼ਿਕਾਇਤਾਂ ਹੀ ਆਉਂਦੀਆਂ ਨੇ, ਤੁਸੀਂ ਸਿਰ ਤੇ ਚੜੀ ਜਾ ਰਹੇ ਹੋ। ਦੇਖੋ ਚੌਰੀ ਸਾਹਿਬ, ਤੁਸੀਂ ਸਾਹਿਬਜ਼ਾਦੇ ਹੋ ਚੌਰੀ ਸਾਹਿਬ ਦੇ, ਤੇ ਸਾਡੇ ਨਾਲ ਕਦੀ ਚੌਰੀ ਸਾਹਿਬ ਨੇ ਵੀ ਜੇ ਇਸ ਲਹਿਜੇ 'ਚ ਗੱਲ ਕੀਤੀ ਤਾਂ ਮੈਨੂੰ ਥੱਲੇ ਭਾ ਲਵੋ। ਸਾਡੇ ਇਹਦੀ ਗੱਲ ਨਾ ਕਰੋ, ਮੁੰਡਾ ਮੇਰਾ ਰੱਬ ਦੀ ਰਹਿਮਤ ਨਾਲ ਰਾਣਾ ਸਾਹਿਬ ਪੂਰੇ ਪਿੰਡ ਦੀ ਸ਼ਾਨ ਹੈ। ਉਹ ਅੱਲਾ ਦੀ ਰਹਿਮਤ ਨਾਲ, ਉਹਨੇ ਕਦੀ 2 ਨੰਬਰ ਕੰਮ ਨਹੀਂ ਕੀਤਾ। ਇਹ ਸ਼ਿਕਾਇਤਾਂ ਜਿਹੜੇ ਲਾਉਂਦੇ ਨੇ, ਇਹ ਸਾਰਾ ਇਹ ਸ਼ਰੀਕਾ, ਹੋਰ ਕੁਛ ਨਹੀਂ। ਉਹ ਤਾਇਆ ਹੱਕੀ ਸੱਚੀ ਅਸੀਂ ਗੱਲ ਕਰਨੇ ਆ, ਅਸੀਂ ਕਾਹਦੇ ਲਈ ਸ਼ਿਕਾਇਤ ਲਾਉਣੀ ਹੈ ਉਹਦੀ? ਚਲੋ ਚਲੋ ਆ ਜਾਂਦੇ ਤੇ ਗੱਲ ਕਰ ਲੈਂਦੇ ਹਾਂ। ਚਲੋ ਇਹਨਾਂ ਨਾਲ ਕਰ ਲਾਂਗੇ, ਏਡੀ ਕਿਹੜੀ ਗੱਲ ਹੈ। ਹੱਥਣ ਖੇਡਣ ਨਾਲ ਲੈ ਗਿਓ ਤੇ ਸੁੱਟ ਗਿਓ ਵਿੱਚ ਫਿਕਰਾਂ, ਪਾਟੀ ਲੀਰ ਪੁਰਾਣੀ ਵਾਂਗੂ ਤੇ ਟੰਗ ਗਏ ਉਹ ਵਿੱਚ ਕਿਕਰਾਂ। ਮੈਂ ਸਦਕੇ ਜਾਵਾਂ ਪੁੱਤਰ, ਮੈਂ ਸਦਕੇ ਜਾਵਾਂ। ਬੁਲ 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 ਬੁਲ, ਉਹ ਤੈਨੂੰ ਪਤਾ ਜੇ ਪੰਚਾਇਤ ਲੱਗੀ ਹੈ ਤੇ ਤੂੰ ਲੇਟ ਕਰ ਲਈ ਆਉਣਾ। ਤੂੰ ਤੂੰ ਨਾ ਕਰ ਰਾਣਾ ਸਾਹਿਬ ਕੋ, ਓਏ ਸਾਰਾ ਪਿੰਡਾਂ ਦਾ ਤੁਹਾਨੂੰ ਮੌਤ ਪੈਂਦੀ ਆ। ਰਾਣਾ ਹਮੇਸ਼ਾ ਲੇਟ ਹੀ ਆਤਾ ਹੈ, ਇੱਥੇ ਬੈਠੇ ਰਹਿੰਦੇ ਹੋ, ਕਿਤੇ ਫਿਰਿਆ ਤੁਰਿਆ ਵੀ ਕਰੋ। ਬਹਿ ਬਹਿ ਗੋਡੇ ਜੋੜ ਲਏ ਤੁਸੀਂ। ਰਾਣਾ ਸਾਹਿਬ ਰੱਬ ਦੀ ਰਹਿਮਤ ਨਾਲ ਇੱਕ ਮਿੰਟ ਨਹੀਂ ਬਹਿੰਦੇ ਕਦੀ। ਓਏ ਸਾਡੀ ਪੰਚਾਇਤ ਦਾ ਸੂਲੇ ਟਾਈਮ ਤੇ ਪਹੁੰਚਣਾ ਹੁੰਦਾ ਇੱਥੇ। ਟਾਈਮ ਤੇ ਪਹੁੰਚਣਾ, ਮੈਂ ਖਬਰਾਂ ਪੜ੍ਹਨੀਆਂ? ਉਹ ਬੈਠਾ ਪਾਉ ਖਬਰਾਂ ਵਾਲਾ। ਇੱਕ ਗੱਲ ਕੰਨ ਖੋਲ ਕੇ ਸੁਣ ਲਵੋ, ਰੱਬ ਦਾ ਸ਼ੁਕਰ ਕਰਿਆ ਕਰੋ, ਰਾਣਾ ਸਾਹਿਬ ਆ ਜਾਂਦੇ ਨੇ। ਰਾਣਾ ਸਾਹਿਬ ਕੋਲ ਤੇ ਬਹੁਤ ਹੀ ਟਾਈਮ ਹੀ ਨਹੀਂ ਜੇ ਹੁੰਦਾ। ਅੱਛਾ, ਉਹ ਤਾਇਆ ਸਾਰਾ ਦਿਨ ਤੇ ਵਿਹਲਾ ਬੈਠਾ ਹੁੰਦਾ ਘਰ? ਕਿਹੜਾ ਵਿਹਲਾ, ਮੈਂ ਹੁਣ ਜਦੋਂ ਆਇਆ ਤੇ ਹੁਣ ਵੀ ਅੱਲਾ ਦੀ ਰਹਿਮਤ ਨਾਲ ਮਲਕਾਂ ਦੀਆਂ ਮੰਜੀਆਂ ਅੰਦਰ ਵਾਲਣ ਡਏ ਹਨ। ਉਹ ਮਲਕਾਂ ਨੇ ਧੁੱਪੇ ਮੰਜੀਆਂ ਆਪਣੀਆਂ ਖਿਲਾਰੀਆਂ ਹਨ ਤੇ ਉਹਨਾਂ ਫਿਰ ਕਿਹਾ, ਰਾਣਾ ਸਾਹਿਬ ਆ ਜਰਾ ਮੰਜੀਆਂ ਅੰਦਰ ਕਰੋ। ਤੇ ਰਾਣਾ ਸਾਹਿਬ ਤੁਹਾਨੂੰ ਪਤਾ ਬੱਬਰ ਸ਼ੇਰ ਆਦਮੀ ਹੈ, ਇਹਨੇ ਫੜ ਕੇ ਤੇ ਫੌਰਨ ਸਾਰੀਆਂ ਮੰਜੀਆਂ ਪਹਿਲੇ ਅੰਦਰ ਕੀਤੀਆਂ। ਅੱਲਾ ਮਾਫ਼ ਕਰੇ, ਕੰਮ ਤੋਂ ਨਹੀਂ ਡਰਦਾ ਮੈਂ, ਕੰਮ ਜਿਹੋ ਜਿਹਾ ਮਰਜ਼ੀ ਕੰਮ ਤੋਂ ਡਰਦਾ। ਇਹਦੇ ਮੰਜੀਆਂ ਚੁੱਕ ਚੁੱਕ ਕੇ ਜਦੋਂ ਦੌੜਿਆ ਰਾਣਾ ਅੰਦਰ ਨੂੰ ਤੇ ਉਹਨਾਂ ਦੇ ਵੱਡੇ ਮਲਕ ਸਾਹਿਬ ਨੇ ਆਖਿਆ, ਓਏ ਇਹਦੇ ਕੋਲ ਕਣਕ ਵੀ ਸੁਟਾ ਲਵੋ ਅੰਦਰ। ਸਾਰੀ ਕਣਕ ਦਾ ਢੇਰ ਵੀ ਅਗਲੇ ਨੇ ਉਹ ਮਾਰਿਆ ਚੁੱਕ ਕੇ ਅੰਦਰ। ਇਹ ਰੱਬ ਦੀ ਰਹਿਮਤ ਨਾਲ ਰਾਣਾ ਸਾਹਿਬ ਨੀ ਵੇਲੇ ਬਹਿਣ ਵਾਲੇ ਬੰਦੇ। ਅੱਲਾ ਨੇ ਦਿੱਤਾ ਮੈਨੂੰ ਮੰਜੀਆਂ, ਮੈਂ ਚੜ੍ਹਾਈਆਂ ਪਹਿਲੇ, ਫਿਰ ਮੈਂ ਕਮੀਜ਼ ਲਾ ਕੇ ਨੰਗੇ ਪਿੰਡੇ ਮੈਂ ਕਣਕ ਦੀਆਂ ਬੋਰੀਆਂ ਅੰਦਰ ਰੱਖੀਆਂ। ਉਹਨਾਂ ਨੇ ਦੱਸਿਆ 10 ਕਿਲੋ ਕਣਕ ਵੀ ਦਿੱਤੀ ਹੈ ਉਹਨੂੰ। ਓਏ ਆ ਤਾਂ ਕੋ ਅੱਲਾ ਵਾਸਤੇ ਦਿੱਤੀ ਹੈ,
ਤੁਹਾਂ ਦਿੱਤੀ ਏ ਜਿਹੜੀ ਗੱਲਾਂ ਕਰਨ ਡਿਆ ਪੰਚਾਇਤ 'ਚ ਹੈ। ਤੁਸੀਂ ਤਾਂ ਨਾਮ ਮਰਾਦੋ ਕਦੀ ਕੌਲਾ ਭਰ ਕੇ ਨੀ ਫੜਾਇਆ ਗੱਲਾਂ ਉਹ ਰਾਣਾ ਸਾਹਿਬ ਲੈ ਜਾਓ ਤੇ ਆਵੇ ਸਾਡੇ ਬੂਹੇ ਤੇ ਕੌਲਾ ਵੀ ਦੇ ਦਿਆਂਗੇ। ਉਹ ਬੂਹੇ ਤੁਹਾਡੇ ਤੇ ਤੁਸੀਂ ਬੜਾ ਉੱਥੇ ਇਟਲੀ ਦੇ ਤਾਲੇ ਲਾਏ ਨੇ ਬੂਹੇ ਨੂੰ ਰੋਂਦੇ ਬੂਹੇ ਨੂੰ ਜਿਹੜੀ ਟਾਟ ਉੱਥੇ ਲਟਕਾਈ ਜੇ ਰਾਣਾ ਸਾਹਿਬ ਰੱਬ ਦੀ ਰਹਿਮਤ ਨਾਲ। ਮੈਂ ਤੁਹਾਨੂੰ ਇੱਕ ਗੱਲ ਦੱਸ ਛੱਡਾਂ, ਇਹ ਤੁਹਾਡੀ ਜੈਲਸੀ ਹੈ ਹੋਰ ਕੁਛ ਵੀ ਨਹੀਂ। ਤੁਹਾਨੂੰ ਵੀ ਪਤਾ ਅਗਰ ਰਾਣਾ ਸਾਹਿਬ ਨੂੰ ਹੁਣ ਸਾਰਾ ਪਿੰਡ ਸਲਾਮਾਂ ਕਰਦਾ, ਹਰ ਬੰਦਾ ਰਾਣਾ ਸਾਹਿਬ ਨੂੰ ਆਵਾਜ਼ ਕਰਦਾ, ਰਾਣਾ ਸਾਹਿਬ ਜ਼ਿੰਦਾਬਾਦ, ਇੱਧਰ ਆ ਰਾਣਾ ਸਾਹਿਬ, ਉੱਧਰ ਜਾ ਰਾਣਾ ਸਾਹਿਬ, ਸਾਰੇ ਪਿੰਡ 'ਚ ਰਾਣਾ ਰਾਣਾ ਹੋਈ ਪਈ। ਇੱਥੇ ਗਿਆ ਰਾਣਾ, ਉਹ ਆ ਗਿਆ ਰਾਣਾ, ਇੱਧਰ ਗਿਆ ਰਾਣਾ, ਇਹਨੂੰ ਗਿਆ ਰਾਣਾ। ਖਿਦਮਤ ਪੁੱਤਰ ਪਿੰਡ ਦੀ ਕਰਦੇ ਹੋ ਤੁਸੀਂ, ਵੱਡੇ ਲੋਕਾਂ ਦਾ ਇਹੀ ਹੁੰਦਾ ਨਾ ਜੀ, ਆਪਣੇ ਲੱਗ ਦੀ ਖਿਦਮਤ। ਜੇ ਗਲਤ ਕੰਮ ਹੈ ਤਾਂ ਮੈਨੂੰ ਦੱਸੋ, ਆਪਣਾ ਤੁਸੀਂ ਪੜ੍ਹੇ ਲਿਖੇ ਲੋਕ ਹੋ, ਖਿਦਮਤ ਜੇ ਗਲਤ ਹੈ ਤਾਂ ਮੈਨੂੰ ਦੱਸੋ ਜੀ। ਏ ਬੁੱਢੋ ਉਹ ਪੁੱਤਰ ਜਿਉਂਦਾ ਰਹੋ, ਮੈਂ ਸਦਕੇ ਜਾਵਾਂ ਤੇਰੇ। ਇਹ ਰੱਬ ਜਾਣਦਾ ਜੀ ਇਹਨਾਂ ਦੀ ਜੈਲਸੀ ਹੈ ਰਿਸ਼ਤੇਦਾਰ ਆ ਸਾਡੇ ਦੀ। ਇਹ ਜਦੋਂ ਦੇ ਰਾਣਾ ਸਾਹਿਬ ਰੱਬ ਦੀ ਰਹਿਮਤ ਨਾਲ ਪਿੰਡ ਆਏ ਨੇ, ਮੈਂ ਆਨਾ ਕਿ ਰੱਬ ਦਾ ਬੜਾ ਆਸਾਨ ਹੈ, ਕਈ ਮਸਲੇ ਹੱਲ ਕਰ ਛੱਡੇ ਨੇ ਰਾਣਾ ਸਾਹਿਬ ਨੇ। ਰਾਣਾ ਸਾਹਿਬ ਦੇ ਆਉਣ ਤੋਂ ਪਹਿਲੇ ਹਰ ਦੂਜੇ ਨੇ ਤੁਹਾਡੇ ਪਿੰਡ ਚੋਂ ਕਿਸੇ ਨਾ ਕਿਸੇ ਨੂੰ ਕੁੱਤਾ ਵੱਢਿਆ ਹੁੰਦਾ ਸੀ। ਇਹ ਰਾਣਾ ਸਾਹਿਬ ਜਦੋਂ ਆਏ ਨੇ ਪੁੱਛੋ ਇਹ ਮੂੰਹ ਤੇ ਬੈਠੇ ਜੇ, ਅੱਛਾ ਉਹਦੇ ਬਾਅਦ ਕਿਸੇ ਨੂੰ ਵੱਢਿਆ ਕੁੱਤਾ ਦੱਸੋ। ਅੱਛਾ ਰਾਣਾ ਸਾਹਿਬ ਨੇ ਆ ਕੇ ਸਾਰੇ ਕੁੱਤੇ ਤਲਫ ਕਰ ਦਈਏ। ਉਹ ਨਹੀਂ ਜੀ ਨਹੀਂ, ਪਿੰਡਾਂ ਕੁੱਤੇ ਕੱਢਦੇ ਸਾਰੇ ਮੈਂ ਭਜਾ ਕੇ ਆਉਣਾ, ਉਹ ਰੋਈ ਤੋਂ ਪਾਰ ਕਰਕੇ ਆਉਣਾ ਕੁੱਤਿਆਂ ਨੂੰ। ਇਹ ਮੇਰੇ ਆਉਣ ਵਾਲੀ ਨਸਲ ਨੂੰ ਵੱਢਦੇ ਆ, ਬੱਚਿਆਂ ਨੂੰ ਜਿਨ੍ਹਾਂ ਨੇ ਆ ਕੇ ਮੁਲਕ ਸੰਭਾਲਣਾ। ਫਿਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਉਹ ਰੋਈ ਉਹ ਪਾਰ ਛੱਡ ਕੇ ਆਉਣਾ ਕੁੱਤਿਆਂ ਨੂੰ ਜਾਂਦੇ ਕੁੱਤੇ ਗਏ। ਤਲਬ ਸ਼ਲਬ ਨਹੀਂ ਕਰਦੇ ਕੁੱਤਿਆਂ ਨੂੰ।